ਪੰਜਾਬ ਸਰਕਾਰ ਨੇ ਝੋਨੇ ਦੀਆਂ ਢੋਆ ਢੁਆਈ ਲਈ ਜਾਰੀ ਕੀਤੀ ਨਵੀਂ ਪਾਲਿਸੀ ਦਾ ਵਿਰੋਧ ਕਰਦਿਆਂ ਮਾਨਸਾ ਵਿੱਚ ਪੱਲੇਦਾਰ ਯੂਨੀਅਨ ਵੱਲੋਂ ਪਾਲਿਸੀ ਦੀਆਂ ਕਾਪੀਆਂ ਫੂਕੀਆਂ ਗਈਆਂ। ਪੰਜਾਬ ਸਰਕਾਰ ਅਤੇ ਫੂਡ ਸਕੱਤਰ ਦੇ ਨਾਅਰੇਬਾਜ਼ੀ ਕਰਦਿਆਂ ਪੱਲੇਦਾਰਾਂ ਨੇ ਕਿਹਾ ਕਿ ਸਰਕਾਰ ਇਸ ਪਾਲਿਸੀ ਤੇ ਮੁੜ ਵਿਚਾਰ ਕਰੇ। ਲੇਕਿਨ ਅਸੀਂ 10-11 ਮਹੀਨੇ ਦੇ ਮੰਗਰ ਤੁਰੇ ਫਿਰੇ ਹਾਂ, ਕਿਤੇ ਇਹਨੇ ਸਾਨੂੰ ਉਹੀ ਰਜਵਾੜੇ ਸ਼ਾਹੀ ਵਾਲੀ ਗੱਲ ਰੱਖੀ ਹੈ, ਮਤਲਬ ਮਿਲਣ ਤੱਕ ਦਾ ਵੀ ਟਾਈਮ ਨਹੀਂ ਦਿੱਤਾ। ਹੁਣ ਜਿਹੜੀ ਇਹਨਾਂ ਨੇ 18-19 ਦੀ ਲੇਬਰ ਪਾਲਿਸੀ ਬਣਾਈ ਹੈ, ਇਹਦੇ ਵਿੱਚੋਂ ਜਿਹੜੀ ਜੀਡੀ ਦੀ ਸਟੈਕਿੰਗ ਸੀਗੀ, ਜਿਹੜੀਆਂ ਮਤਲਬ ਪੱਲੇਦਾਰ ਕਰਦਾ ਸੀ, ਆਪਦਾ ਪਰਿਵਾਰ ਪਾਲਦਾ ਸੀ, ਉਹ 63 ਸ਼ੈਲਰਾਂ ਨੂੰ ਦੇਣ ਜਾਣ ਦੀ ਤਿਆਰੀ ਵਿੱਚ ਹੈ। ਅਸੀਂ ਇਸ ਦੇ ਵਿਰੋਧ ਵਿੱਚ ਮਤਲਬ ਕਹਿੰਦੇ ਹਾਂ ਵੀ ਜਿਹੜੀ ਮਤਲਬ ਸਟੈਕਿੰਗ ਆ ਉਹ ਪੱਲੇਦਾਰਾਂ ਨੂੰ ਵਾਪਸ ਦਿੱਤੀ ਜਾਵੇ, ਤਾਂ ਹੀ ਜਿਹੜੀਆਂ ਪਾਲਿਸੀ ਦੀਆਂ ਕਾਪੀਆਂ ਸਾੜਨ 'ਤੇ ਲੱਗੇ ਹੋਏ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।